हाल ही विच मनजिंदर सिंह सिरसा ने सोशल मीडिया ते एक वीडियो जारी की है, जिस विच उन्होंने तीन नौजवानों नाल मुलाकात की है जो तिहाड़ जेल विच बंद सन, जिन्होंने हुण तिहाड़ जेल तो रिहा कर दिता गया। मनजिंदर सिंह सिरसा ने कहा कि तुसी नौजवानों दियां गल्लां सुन के हैरान हो जावोगे। नौजवानों ने कहा कि अंदोलन उन्ना चिर कायम रहे जिन्ना चिर किसान बाहर नहीं आते। उन्होंने कहा कि सब झूठे दोषों विच अंदर किए हुए ने, किसी का कोई कसूर नहीं है। और की कुछ कहा नौजवानों ने, आओ तुसी भी सुनो। वाहिगुरू जी का खालसा, वाहिगुरू जी की फतेह। दोस्तों, असी तिहाड़ जेल के बाहर खड़े हाँ। साढ़े नाल सरदार रमनदीप सिंह जी, सरदार लवप्रीत सिंह जी, सरदार जसविंदर सिंह जी और सरदार अमरबीर सिंह जी, भुल्लर साहब, एडवोकेट साहब। जो किसान अंदोलन के दौरान तुसी देखा कि किस तरीके 120 तो ज़्यादा लोगों नजायज केसा के अंदर फड़फड़ के लै आंदा, यह लोग ने तुसी सुन के हैरान हो गए। हसण वाली गल आ कि ये पुलिस नूं खुद राह पुछ रहे ने। मैं ठीक कह रहा ही ना? हां जी। दसो की पुछ रहे तुसी? असी राह पुछ रहे सी भी असी दोबारे वापस जाना किधर दी आईए। ये पुलिस नूं राह पुछ रहे सी भी असी वापस जाना, और वो भी किथे होर नहीं बल्कि उत्थे बॉर्डर दे कोल, और अपना लंगरां सेवा करदे पए ने। लेकिन जोर और जबर जुल्म जिहड़ा है उहदी आखरी इंतहा हुंदी आ। हौसले अज भी बुलंद ने। मैं सुन रहा सी जदों बाहर आया रमनदीप, ते उन्होंने मीडिया वाले पुछ रहे सीगे भी की सुनेहा देना चाहना है। ਇਹਦਾ ਸੁਣਿਆ ਕਿਸੀ ਮੈਂ ਨਹੀਂ ਕਹਿੰਦਾ, ਆਪਣੇ ਸੁਣਿਆ ਮੈਂ ਆਪਣੇ ਮੂੰਹ ਦੱਸੂਗਾ ਕੀ ਸੁਣਿਆ ਦੇਣਾ ਚਾਹੁੰਦਾ ਲੋਕਾਂ। ਅਸੀਂ ਇਹੀ ਸੁਨੇਹਾ ਦਿੰਦੇ ਹਾਂ, ਉਹਨਾਂ ਚਿਰ ਅੰਦੋਲਨ ਕਾਇਮ ਰਹੇ ਜਿੰਨੇ ਜੇਕਰ ਕਿਸਾਨ ਸਾਰੇ ਬਾਹਰ ਨਹੀਂ ਆਉਂਦੇ, ਜਿੰਨੇ ਅੰਦਰ ਫਸੇ ਹੋਏ ਨੇ। ਕੋਈ ਝੂਠੇ ਕੇਸਾਂ 'ਚ, ਸਭ ਝੂਠੇ ਕੇਸਾਂ 'ਚ ਬੇਅੰਦੂਸ਼ ਬੰਦੇ ਅੰਦਰ ਕੀਤੇ ਹੋਏ ਨੇ, ਕਿਸੇ ਦਾ ਕੋਈ ਕਸੂਰ ਨਹੀਂ ਗਾ ਜੋ ਅੰਦਰ ਨੇ। ਅੱਜ ਬਹੁਤ ਸਾਰੇ ਐਸੇ ਲੋਕ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਅੰਦਰ ਆਪਣਾ ਯੋਗਦਾਨ ਪਾ ਰਹੇ ਆ, ਉਹ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ। ਕਿਸਾਨ ਏਕਤਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਡਵੋਕੇਟ ਪੰਗੂ ਸਾਹਿਬ ਦਾ ਪੂਰਾ ਨਾਮ ਕੀ ਹੈ ਜੀ? ਪੀ ਐਸ ਪੰਗੂ ਸਾਹਿਬ ਦਾ, ਜਿਨ੍ਹਾਂ ਨੇ ਸਾਰੇ ਐਡਵੋਕੇਟਸ ਦੀ ਇੱਕ ਕਮੇਟੀ ਬਣਾਈ। ਭੁੱਲਰ ਸਾਹਿਬ ਪਹਿਲੇ ਦਿਨ ਤੋਂ ਆਪਣੇ ਪਿੰਡਾਂ ਦੇ ਮੈਸੇਜ ਗਰੁੱਪਾਂ 'ਚ ਪਾ ਕੇ ਅਤੇ ਸੁਣਿਆ ਦਿੱਤਾ, ਭਾਈ ਕਿਸੇ ਨੂੰ ਲੋੜ ਹੋਵੇ ਤਾਂ ਅਸੀਂ ਖੜ੍ਹੇ ਹਾਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਹ ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਚੁਣੀ ਹੋਈ ਸੰਸਥਾ ਦਿੱਲੀ ਦੀ, ਜਿਹੜੀ ਹਰ ਮੌਕੇ 'ਤੇ ਹਰ ਜਗ੍ਹਾ 'ਤੇ ਆਪਣੇ ਪਰਿਵਾਰਾਂ ਦੇ ਨਾਲ ਖੜ੍ਹੀ ਰਹਿੰਦੀ ਆ। ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛੇ ਇਹਨਾਂ ਦਾ ਕੇਸ ਕਿਉਂ ਲੜਨਾ ਹੈ। ਟੀਵੀਆਂ 'ਤੇ ਗਿਆ, ਮੈਨੂੰ ਬੜੀਆਂ ਫਟਕਾਰਾਂ ਪਾਈਆਂ ਟੀਵੀਆਂ 'ਤੇ, ਨੈਸ਼ਨਲ ਚੈਨਲਾਂ 'ਤੇ ਅਸੀਂ ਇੱਕ ਗੱਲ ਕਹੀ ਸੀ, ਆਪਣੇ ਭਰਾਵਾਂ ਦੇ ਨਾਲ ਖੜ੍ਹੇ ਹਾਂ। ਗਦਾਰ ਘੁਆਉਣ ਨਾਲੋਂ ਮਰ ਜਾਣਾ ਮਨਜ਼ੂਰ ਆ, ਤਾਂ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਮੇਰੇ ਵੀਰੋ, ਅਸੀਂ ਡੱਟ ਕੇ ਖੜ੍ਹੇ ਹਾਂ, ਅੱਜ ਅੰਦਰੋਂ ਵੀ ਸੁਣਿਆ ਲੈ ਕੇ ਆਏ ਆ। ਜਿਹੜੇ ਬਾਕੀ ਰਹਿ ਗਏ ਨੇ, ਕੁਛ ਵਕਾਲਤਨਾਮੇ ਦੀ ਦਿੱਕਤ ਆ ਰਹੀ ਆ ਕਿਉਂਕਿ ਦਿੱਲੀ ਕਮੇਟੀ ਦੀ ਮੋਹਰ ਲੱਗ ਕੇ ਨਹੀਂ ਗਈ ਦੁਬਿਧਾ 'ਚ ਨੇ ਲੋਕ, ਪਰ ਮੈਂ ਬਾਕੀ ਦੇ ਪਰਿਵਾਰਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਅਸੀਂ ਦਿੱਲੀ ਦੇ ਲੋਕ ਜਿਹੜੇ ਆ ਇਸ ਗੱਲ ਦੀ ਚਿੰਤਾ ਕਰਦੇ ਪਏ ਹਾਂ ਕਿ ਸਾਡਾ ਕੋਈ ਵੀ ਘਰ ਦਾ ਪਰਿਵਾਰ ਦਾ ਜੀ ਜਿਹੜਾ ਹੈ ਉਹ ਕੇਸ ਅੰਦਰ ਨਾ ਉਲਝੇ ਔਰ ਅੰਦਰ ਨਾ ਰਹਿ ਜੇ, ਜਦੋਂ ਤੱਕ ਸਭ ਦੀਆਂ ਜ਼ਮਾਨਤਾਂ ਨਹੀਂ ਹੋ ਜਾਂਦੀਆਂ। ਇਹ ਦਿੱਲੀ ਦੇ ਸਮੂਹ ਐਡਵੋਕੇਟ ਜਿਹੜੇ ਨੇ, ਜਿਹੜੇ ਕਿ ਬਿਨਾਂ ਕਿਸੇ ਫੀਸ ਤੋਂ ਲੜਾਈ ਲੜਦੇ ਪਏ ਨੇ, ਇਸੇ ਤਰ੍ਹਾਂ ਤੁਹਾਡੇ ਲੜਦੇ ਰਹਿਣਗੇ, ਔਰ ਤੁਸੀਂ ਵੀ ਹੌਸਲੇ ਬੁਲੰਦ ਰੱਖਿਓ ਔਰ ਸਾਡੇ ਵੀ ਹੌਸਲੇ ਬੁਲੰਦ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਰੰਗਲਾ ਟੀਵੀ।